ਸਾਡਾ ਮੁੱਦਾ ਮੈਂ ਤੁਹਾਨੂੰ ਸਾਰਿਆਂ ਨੂੰ ਪਤਾ ਕੈਂਸਰ ਤੋਂ ਜੂਝੀ ਹਾਂ। ਕੈਂਸਰ ਤੋਂ ਜਦੋਂ ਜੂਝੀ ਤੇ ਮੈਨੂੰ ਹੁਣ ਬ੍ਰਾਂਡ ਐਂਬੈਸਡਰ ਵੀ ਬਣਾਇਆ ਗਿਆ ਵਰਲਡ ਕੈਂਸਰ ਕੇਅਰ ਤੋਂ ਤੇ ਨਾਲ ਉਹਦੇ ਚੀਫ ਮੈਡੀਕਲ ਐਡਵਾਈਜ਼ਰ ਬਣਾਇਆ ਗਿਆ। ਮੇਨ ਸਾਡਾ ਹਜੇ ਮਕਸਦ ਹੈ ਸਾਡਾ ਕੈਂਸਰ ਕੈਂਪ ਜਿਹੜਾ 17 ਨਵੰਬਰ ਨੂੰ ਇੱਥੇ ਲੱਗਣਾ ਹੈ। ਉਹਦੇ ਵਿੱਚ 15 ਦਿਨ ਪਹਿਲਾਂ ਤੋਂ ਕੰਮ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਲੋਕਾਂ ਦੇ ਵਿੱਚ ਅਸੀਂ ਪਿਛਲੇ ਕੈਂਪ ਚ 900 ਮਰੀਜ਼ ਦੇਖੇ ਉਥੋਂ 800 ਮਰੀਜ਼ ਸਾਨੂੰ ਕੈਂਸਰ ਪੋਜ਼ਿਟਿਵ ਮਿਲੇ। ਸੋ ਪਹਿਲੀ ਤੇ ਦੂਜੀ ਸਟੇਜ ਦੇ ਵਿੱਚ ਲੋਕਾਂ ਨੂੰ ਡਾਇਗਨੋਸ ਕਰਨਾ, ਲੋਕਾਂ ਨੂੰ ਦੱਸਣਾ ਵੀ ਤੁਹਾਨੂੰ ਕੈਂਸਰ ਕੀ ਹੁੰਦਾ। ਮੈਨੂੰ ਲੱਗਦਾ ਹੈ ਮੈਨੂੰ ਰੱਬ ਨੇ ਡਾਕਟਰ ਬਣਾਇਆ, ਸੀਪੀਐਸ ਹੈਲਥ ਬਣਾਇਆ, ਐਮਐਲਏ ਬਣਾਇਆ, ਮੈਨੂੰ ਪੋਲਿਟਿਕਸ ਡਾਕਟਰੀ ਮਿਕਸ ਕਰਕੇ ਕਿਤੇ ਨਾ ਕਿਤੇ ਲੋਕਾਂ ਦੀ ਸੇਵਾ ਦਾ, ਮੇਰੀ ਸੇਵਾ ਹਵਾ ਵਾਲੀ ਨਹੀਂ ਹੁੰਦੀ, ਕਿਤਾਬਾਂ ਵਾਲੀ ਨਹੀਂ ਹੁੰਦੀ, ਮੇਰੀ ਸੇਵਾ ਗਰਾਊਂਡ ਲੈਵਲ ਦੀ ਹੁੰਦੀ ਹੈ। ਮੇਰੀ ਟੀਮ ਵੀ ਉਹੀ ਬਣਦੀ ਹੈ ਜਿਹੜੀ ਸੇਵਾ ਵਾਲੇ ਪਾਸੇ ਚੱਲਦੀ ਹੈ। ਇਸ ਲਈ ਮੈਂ ਜ਼ਿਆਦਾ ਸੋਸ਼ਲ ਸਰਵੈਂਟ ਹਾਂ। ਮੈਂ ਇਹਨੂੰ ਬਹੁਤ ਦੇਰ ਪਰਖਿਆ ਤਾਂ ਅੱਜ ਮੈਂ ਇਹਦੇ ਦਫ਼ਤਰ ਜਾ ਕੇ ਬੈਠੀ ਹਾਂ। ਲਗਾਤਾਰ ਇੱਥੇ ਬੈਠਾਂਗੇ, ਪਰ ਇਹਦੇ ਵਿੱਚ ਮੇਨ ਹੈਗਾ ਮੇਰਾ ਮੁੱਦਾ ਹੁਣ ਦਾ ਅੱਜ ਦਾ ਜਿਹੜਾ ਹੈਗਾ ਉਹ ਹੈਗਾ ਲੋਕਾਂ ਦੇ ਵਿੱਚ ਜਾਣਾ। ਮੇਰਾ ਬੇਟਾ ਨੇ ਵੀ ਵਾਲੰਟੀਅਰ ਕੀਤਾ, ਉਹ ਹੀ ਆਊਗਾ ਜਦੋਂ ਸਾਡੇ ਕਾਰਡ ਬਣ ਗਏ। ਹਾਊਸ ਟੂ ਹਾਊਸ ਜਾਣਾ, ਲੋਕਾਂ ਨੂੰ ਜਾਗਰੂਕ ਕਰਨਾ ਕਿ ਤੁਹਾਨੂੰ ਪਹਿਲੇ ਇਸ਼ਾਰੇ ਕੈਂਸਰ ਦੇ ਉਹਨਾਂ ਨੂੰ ਅਸੀਂ ਪ੍ਰਿੰਟ ਕਰਵਾਇਆ ਹੋਇਆ, ਉਹ ਦੱਸਣੇ, ਉਹਨਾਂ ਨੂੰ ਕੱਢ ਕੇ ਲਿਆਉਣਾ। ਕਿਉਂ ਮੈਂ ਨਹੀਂ ਜਾਂਦੀ, ਮੇਰੇ ਕਰੋੜਾਂ ਰੁਪਏ ਦਾ ਖਰਚਾ ਹੁੰਦਾ ਸਾਡਾ ਇੱਕ ਕੈਂਪ ਦਾ। ਸਾਡੀਆਂ 9 ਮਸ਼ੀਨਾਂ ਏਅਰ ਬੱਸਿਸ ਆਉਂਦੀਆਂ ਨੇ ਜਿਹੜੀਆਂ ਏਅਰ ਕੰਡੀਸ਼ਨ ਹੁੰਦੀਆਂ ਨੇ, ਉਹਨਾਂ 'ਚ ਉਹੀ ਬੰਦੇ ਜਾਣ ਜਿਨ੍ਹਾਂ ਨੂੰ ਕੋਈ ਨਾ ਕੋਈ ਸਿਮਟਮ ਹੋਵੇ ਵੀ ਅੱਜ ਮੇਰੇ ਕੋਲ ਆਹ ਸਿਮਟਮ ਹੈ, ਆਵੇ ਤਾਂ ਉਹਦੇ 'ਚ ਸਾਨੂੰ ਡਾਇਗਨੋਸ ਹੋ ਜੇ ਤਾਂ ਉਹਨਾਂ ਦਾ ਅੱਗੇ ਇਲਾਜ, ਜਿੱਥੇ ਸਾਡਾ ਮੇਨ ਆਉਂਦਾ ਹੈ ਕਿ ਇਹ ਕਹਿੰਦੇ ਨੇ ਲੋਕ ਕੈਂਪ ਲਾਇਆ ਹੱਡੀਆਂ ਦੇਖ ਲਿਆ, ਇਹ ਕੈਂਪ ਉਹੀ ਜਿਹਾ ਨਹੀਂ ਹੈ। ਇਹ ਲੋਕਾਂ ਨੂੰ ਖਾਣੇ ਪੀਣੇ ਤੋਂ ਅਵੇਅਰ ਕਰਨਾ, ਤੁਹਾਡੀ ਬੋਡੀ 70% ਪਾਣੀ ਦੀ ਬਣੀ ਹੈ, ਪਹਿਲਾਂ ਆਪਾਂ ਸ਼ੁੱਧ ਪਾਣੀ ਪੀ ਰਹੇ ਹਾਂ ਕਿ ਨਹੀਂ ਪੀ ਰਹੇ। ਫਿਰ ਜਿਹੜੀ ਮੇਰੀ ਲੜਾਈ ਸੀ ਰਿਫਾਈਂਡ ਆਇਲ ਦੀ, ਰਿਫਾਈਂਡ ਆਇਲ ਨਹੀਂ ਖਾ ਸਕਦੇ, ਪਾਮ ਆਇਲ ਨਹੀਂ ਲੈ ਸਕਦੇ, ਸਿਰਫ ਹਿੰਦੁਸਤਾਨ ਹੈ ਤੁਹਾਨੂੰ ਪਤਾ ਹੈ ਜਿੱਥੇ ਪਾਮ ਆਇਲ ਕਲਟੀਵੇਸ਼ਨ ਅਲਾਊਡ ਹੈ। ਕੋਈ ਕੁਰਕਰੇ ਚੱਕ ਲਓ, ਕੋਈ ਕੁਛ ਚੱਕ ਲਓ, ਤੁਹਾਡੇ ਸਾਰੇ ਬੰਦਿਆਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ। ਹਿੰਦੁਸਤਾਨ 'ਚ ਤਾਂ ਤੁਹਾਨੂੰ ਪਤਾ ਹੀ ਨਹੀਂ ਹੈ, ਸਾਰੇ ਪਾਮ ਆਇਲ ਨਾਲ ਬਣ ਰਹੇ ਹੈ, ਸਾਰੀਆਂ ਕੰਟਰੀਜ਼ 'ਚ ਬੈਂਡ ਹੈ ਰੀਹੀਟਡ ਆਇਲ। ਹੋਰ ਤਾਂ ਕਿ ਜਦੋਂ ਮੈਂ ਹੈਲਥ ਦੀ ਇੱਥੇ ਪਟਿਆਲੇ ਦੀ ਹੈਡ ਰਹੀ ਹਾਂ, ਇਸ ਲਈ ਮੈਨੂੰ ਇੱਥੇ ਪਤਾ ਹੈ। ਤ੍ਰਿਪੜੀ ਜਾ ਕੇ ਜਦੋਂ ਮੈਂ ਟਰੇਸ ਕੀਤਾ ਵੀ ਇਹ ਤੇਲ ਕਿੱਥੋਂ ਆਉਂਦਾ ਜਿਹੜਾ ਤਲਦੇ ਆ ਸਮੋਸੇ ਤੇ, ਉਹ ਤ੍ਰਿਪੜੀ ਸੂਰਾਂ ਦੀ ਖਲ ਤੋਂ ਤੇਲ ਬਣ ਰਿਹਾ ਸੀ, ਉਹਦੇ 'ਚ ਤੁਸੀਂ ਤਲੇ ਹੋਏ ਸਮੋਸੇ ਖਾਂਦੇ ਹੋ ਐਂਡ ਉਹ ਰੀਹੀਟ ਹੋ ਕੇ ਪੋਇਜ਼ਨ। ਆਪਾਂ ਜੋ ਖਾ ਰਹੇ ਹਾਂ, ਅੱਜ ਮੈਦਾ ਖਾ ਰਹੇ ਹਾਂ, ਉਹ ਆਪਣੀ ਜਿਸਮ 'ਚ ਅੰਦਰ ਅੰਤੜੀਆਂ 'ਚ ਜੰਮ ਰਿਹਾ। ਚਿੱਟੀ ਚੀਨੀ ਜ਼ਹਿਰ ਹੈ, ਪਰ ਆਪਾਂ ਫਿਰ ਚਿੱਟੀ ਚੀਨੀ ਤੇ ਬੈਠੇ ਹਾਂ। ਇਹਨੇ ਕੋਲਡ ਡਰਿੰਕ ਲਿਆਈ, ਮੇਰੇ ਘਰੇ ਕੋਲਡ ਡਰਿੰਕ ਬੈਂਡ ਹੈ, ਮੈਨੂੰ ਕਿਹਾ ਇਹਨੂੰ ਪਤਾ ਵੀ ਨਹੀਂ ਪੀਣੀ। ਆਪਾਂ ਲੋਕ ਕੋਲਡ ਡਰਿੰਕ ਜਦੋਂ ਮੈਂ ਚੈੱਕ ਕੀਤੀ 70 ਤੋਂ 80% ਕੋਲਡ ਡਰਿੰਕ ਇੱਥੇ ਆਰਟੀਫਿਸ਼ਲ ਬਣ ਰਹੀ ਹੈ। ਤੁਸੀਂ ਇਹ ਛੱਡੋ, ਮਾਨਸਾ ਚੈਕਿੰਗ ਕੀਤੀ, ਦੁੱਧ ਆਰਟੀਫਿਸ਼ਲ ਹੈ। ਜਦੋਂ ਤੱਕ ਆਪਾਂ ਸਾਰੀ ਗੱਲਾਂ ਕਰ ਰਹੇ, ਆਪਾਂ ਪਹਿਲਾਂ ਵੀ ਇਹ ਗੱਲ ਕੀਤੀ ਸੀ, ਪਰ ਕਮੀ ਕਿਤੇ ਰਹਿ ਰਹੇ, ਕਿਉਂਕਿ ਜੇਕਰ ਸਿਹਤ ਮੰਤਰੀ ਦੀ ਗੱਲ ਕੀਤੀ ਜਾਵੇ ਰੇਡਾਂ ਹੁੰਦੀਆਂ ਨੇ, ਪਰ ਨਤੀਜਾ ਕੋਈ ਆ ਨਹੀਂ ਜਾ, ਕੀ ਸਮਝ ਆਉ ਕਿ ਕਿਤੇ ਕਮੀ ਕਿਤੇ ਰਹਿ ਰਹੀ ਹੈ? ਨਹੀਂ, ਇਹ ਤਾਂ ਐਕਸੈਸਿਵ ਸਰਕਾਰ ਨੂੰ ਕਰਨਾ ਪਊਗਾ ਚੈਕਿੰਗ, ਜਿਵੇਂ ਮੈਂ ਕੀਤੀ ਸੀ। ਜਦੋਂ ਜਿੰਨੀ ਦੇਰ ਮੈਂ ਮਾਹੌਲ ਬਦਲ ਸਕਦੀ ਹਾਂ ਸੀਪੀਐਸ ਹੈਲਥ ਹੋ ਕੇ, ਤਾਂ ਸਿਹਤ ਮੰਤਰੀ ਵੀ ਉਦੋਂ ਉੱਥੇ ਸੀਗਾ। ਉਹਨਾਂ ਨੇ ਕਿਹਾ ਵੀ ਅਸੀਂ ਸਰਕਾਰੀ ਸ਼ੁਰੂ ਕਰਤਾ ਹੋਮੀ ਬਾਬਾ ਦੇ। ਹੋਮੀ ਬਾਬਾ ਵਾਲਿਆਂ ਦੇ ਫੋਨ ਆ ਗਿਆ ਮੈਨੂੰ, ਟਾਟਾ ਵਾਲਿਆਂ ਦਾ, ਕਹਿੰਦੇ ਜੀ ਉਹ ਮੈਮ ਸਾਡਾ ਹੈ, ਅਸੀਂ ਤੁਹਾਡੇ ਨਾਲ ਕੰਮ ਕਰਾਂਗੇ, ਤੁਸੀਂ ਜਿੰਨੇ ਮਰੀਜ਼ ਭੇਜਣੇ ਆ, ਕਿਉਂਕਿ ਮੇਰੇ 6-6 ਫੋਨ ਰੋਜ਼ ਦੇ ਆ ਰਹੇ ਮੇਰੇ ਕੋਲ ਹੁਣ, ਜਿਹੜੀਆਂ ਰਿਪੋਰਟਾਂ ਦੇ ਕੱਲ ਵੀਕ ਆਇਆ ਐਂਡ ਕੱਲ ਰਿਪੋਰਟ ਜਿਹੜੀ ਆਈ ਹੈ ਉਹ ਮੇਰੀ ਸਹੇਲੀ ਦੀ ਆਈ ਹੈ, ਮੇਰੀ ਫਰੈਂਡ ਦੀ, ਜਿਹਨੂੰ ਮੈਨੂੰ ਲੱਗਿਆ ਐਵੇਂ ਉਹ ਹੈਗੀ ਹੈ ਰਸੌਲੀ, ਚੈੱਕ ਕਰਾਇਆ, ਸੁਪਨੇ 'ਚ ਵੀ ਨਹੀਂ ਉਹਨੂੰ ਪਤਾ ਵੀ ਅੱਜ ਪਤਾ ਵੀ ਉਹਦੇ ਇੱਕ ਮਾਸ ਹੈ। ਹੁਣ ਉਹ ਮਾਸ ਦੀ ਇਨਵੈਸਟੀਗੇਸ਼ਨ ਅੱਗੇ ਚੱਲੂਗੀ, ਪਰ ਮੇਰਾ ਮਤਲਬ ਉਹਨਾਂ ਨੂੰ ਮਰੀਜ਼ਾਂ ਨੂੰ ਉੱਥੇ ਛੱਡਣਾ ਨਹੀਂ ਹੈ। ਮੇਰਾ ਹੱਲ ਹੈ ਪਹਿਲਾਂ ਤਾਂ ਹੋਵੇ ਨਾ, ਹੁਣ ਜਿੱਥੇ ਜਿੱਥੇ ਪਾਣੀ ਦਾ ਹੈਗਾ ਉੱਥੇ ਅਸੀਂ ਫਾਈਟ ਕਰਾਂਗੇ। ਇਹਨਾਂ ਦੀ ਰਿਪੋਰਟ ਤਿਆਰ ਹੋ ਰਹੀ ਹੈ, ਇੱਥੇ ਵਾਲੇ ਕੈਂਪ ਦੀ ਵੀ ਰਿਪੋਰਟ ਤਿਆਰ ਹੋਊ ਵੀ ਇੱਥੇ ਕਿਉਂ ਹੋ ਰਿਹਾ। ਗੰਦੇ ਪਾਣੀ ਕਰਕੇ ਤਾਂ ਪਾਣੀ ਪੀਣ ਵਾਲਾ ਦਿਓ, ਸ਼ੁੱਧ ਦਿਓ। ਹੁਣ ਇਹ ਨਵਜੋਤ ਸਿੱਧੂ ਦਾ ਪ੍ਰੋਜੈਕਟ ਹੈ ਨਾ, ਜਿਹੜਾ ਹੁਣ ਤੱਕ ਡਿਲੇ ਹੋਇਆ ਹੈ, ਕਹਿੰਦੇ ਫਿਰਦੇ ਆ ਹੁਣ ਕੈਨਾਲ ਵਾਟਰ ਹੁਣ ਤੱਕ ਕਿਉਂ ਨਹੀਂ ਹੋ ਰਿਹਾ। ਹੁਣ ਅੱਜ ਵੀ ਉਹ ਗਵਰਨਰ ਕੋਲ ਗਏ ਨੇ ਲੋ ਐਂਡ ਆਰਡਰ ਬਾਰੇ, ਬਿਜਲੀ ਬਾਰੇ ਵੀ, ਮੁਫ਼ਤ ਬਿਜਲੀ। ਜਦੋਂ ਮੈਂ ਮੇਰੇ ਕੋਲ ਪ੍ਰੋਜੈਕਟ ਹੈਗੇ, ਅੱਜ ਪਰਾਲੀ ਦਾ ਰੌਲਾ ਹੈ, ਮੇਰੇ ਕੋਲ ਪ੍ਰੋਜੈਕਟ ਸੀ ਪਰਾਲੀਆਂ ਦਾ ਮੇਰੀ ਸਰਕਾਰ ਵੇਲੇ, ਅੱਜ ਵੀ ਹੈਗਾ, ਜਿੱਥੇ ਮੈਂ ਪਰਾਲੀ ਤੋਂ ਹਰਾ ਕੋਲਾ ਬਣਾ ਸਕਦੀ ਹਾਂ। ਹੁਣ ਇਹ ਪ੍ਰੋਜੈਕਟ ਤਾਂ ਹੁਣ ਲੈ ਕੇ ਜਾਊਂਗੀ ਨਾ ਜੇ ਸੀਐਮ ਸਾਹਿਬ ਟਾਈਮ ਦੇਣਗੇ। ਵੀ ਭਾਈ ਤੁਸੀਂ ਸੁਣੋ ਤਾਂ ਸਹੀ, ਮੇਰੇ ਕੋਲ ਤਾਂ ਸਾਰੇ ਹੱਲ ਨੇ, ਮੇਰੇ ਕੋਲ ਤਾਂ ਇੰਪਲੋਇਮੈਂਟ ਵੀ ਨਾਲ ਹੈ। ਤੁਸੀਂ ਕਹਿ ਰਹੇ ਹੋ ਵੀ ਚੀਨੀ, ਰਿਫਾਈਂਡ ਮੈਦਾ, ਇਹ ਲੋਕਾਂ ਨੂੰ ਆਪਾਂ ਅਵੇਅਰ ਕਿਵੇਂ ਕਰਾਂਗੇ ਕਿ ਸਰਕਾਰ ਇਹਨਾਂ ਚੀਜ਼ਾਂ ਤੇ ਬੈਨ ਨਹੀਂ ਲਗਾ ਸਕਦੀ? ਕਿਉਂਕਿ ਨਾ ਪਿੱਛੇ ਜੋ ਫੈਕਟਰੀਆਂ ਫੜੀਆਂ ਜਲੰਧਰ ਦੇ ਵਿੱਚ, ਉਹ ਜਿਹੜਾ ਦੇਸੀ ਘਿਓ ਬਣਾ ਰਹੇ ਸੀਗੇ, ਗਊ ਮਾਸ ਦਾ ਦੇਸੀ ਘਿਓ ਬਣ ਰਿਹਾ ਸੀਗਾ ਚਰਬੀ ਦਾ, ਬਿਲਕੁਲ ਸੂਰ ਦੀ ਚਰਬੀ ਦਾ, ਉਹਨਾਂ ਦੇ ਸੈਂਪਲ ਲਏ ਜਾਂਦੇ ਆ, ਉਹਦਾ ਨਤੀਜਾ ਨਹੀਂ ਕੋਈ ਨਿਕਲਿਆ। ਕਿਉਂਕਿ ਪੈਸੇ ਖਾਂਦੇ ਆ। ਹੁਣ ਇੱਥੇ ਆਵਾਂਗੇ ਆਪਾਂ, ਦੇਖੋ ਹੁਣ ਇੱਥੇ ਆਵਾਂਗੇ ਆਪਾਂ, ਹੁਣ ਆਊਗੀ ਸਾਡੀ ਟੀਮ, ਕਿਉਂਕਿ ਜਿੱਥੇ ਫੜ ਲਿਆ ਉਹ ਫੈਕਟਰੀ ਚੱਲਣ ਨਹੀਂ ਦੇਵਾਂਗੇ। ਸਾਡਾ ਮਕਸਦ ਹੈ ਕਿ ਅਸੀਂ ਲੱਭੇ ਆ ਸੋਰਸਸ, ਜਿੱਥੇ ਗੰਦੇ ਪਾਣੀ ਦੇ ਲੱਭੇ ਆ ਸਾਡੀ ਬਣ ਰਹੀ ਹੈ
एंड असी ये देखांगे भी वह बंदियां नूं जिथे सानूं गंदे पानी के टेस्ट आए हैं असी अपने बंदे भी लावांगे टेस्टां ते ये असी सरकार नाल साडी इत्थे लड़ाई शुरू होगी ये पानी रिप्लेस करो। मैडम सरकार ने सहयोग दिता कि नहीं कैंसर नूं लैके सिहत मंत्री नूं मिले सी? देखो हजे मैं हजे सहयोग का कोई फायदा नहीं जो मैं हवा च कोई कह जाए। सहयोग उदो होगा जदों ये मेरे सारे मरीज जेड़े मैं भेजे हैं इन्हां दे ऑपरेशन हो जाएंगे। पांच छे मैं माता कौशल्या भेजे हैं, पांच छे मैं लुधियाने भेजे हैं अपने सोर्सेज दे नाल। मैं उदो खुश हूं जदों ये सारे टेस्ट हूँ पेट स्कैन मैं कराया उदन 30,000 का टेस्ट है ठीक है। उत्थे किन्ने बंदे सी? 50 to 60 बंदे आए हुए सी पेट स्कैन कराने। सरकार का पेट स्कैन कित्थे? सरकार की मैमोग्राफी कितने है? मैं तो बसा च मैमोग्राफी करा रही हूँ। मेरी लड़ाई तो शुरुआत है, मतलब हूँ जो बंद आएंगे जेडे असं डायग्नोज करांगे मैमोग्राफी करांगे मैं कहूंगी आ साडा रिजल्ट है। हजे तक कल तक साडियां रिपोर्टां आ रही पिछले कैंप दियां, हुण उन्हां दा एनालिसिस तो बाद असं मरीजां नूं छड्डण वाले नहीं। डायरेक्ट मैनू फोन आंदा है, मेरे को मेरे फोन च रिपोर्टां भरिया पई हैं, मेरे घर च भरिया पई हैं, डुप्लीकेट कॉपी मैनू आंदी है। अच्छा ये नहीं भी छड्डता, फोन करके सानूं रिपोर्ट दस रहे हैं भी आ नंबर तेरी रिपोर्ट आ गई तू आके लै जा। उदे नाल हुण साडी लड़ाई शुरू हुंदी है जिथे असीं देखांगे पानी करके उथे स्वच्छ पानी दो। हुण असीं जावांगे मिलन, हुण साडी मीटिंग होगी सारे एनजीओज, असीं नियरली 32 एनजीओज ने उदों कट्ठे रख के काम कीता सीगा ते पूरी टीम ने। हुण साडी सीएम नाल मीटिंग होगी, रीहीटेड ऑयल बंद करवा नहीं तां डीएचओ बदल। जिथे सानूं लग्या कि डीएचओ चंगा काम नहीं कर रहा, हजे असीं एक नोडल प्रोजेक्ट लिता पटियाले का, पटियाला ही बहुत वड्डी कॉन्स्टिट्यूएंसी है। हुण डेराबसी तो लैके घनौर तक, उधर नाभे तक, राजपुरे तक, पातड़ा तक, मतलब इन्ना ही कवर कर लिए बहुत है। एक नोडल तो बना दिए, फिर ये जाऊगा अल्टीमेट, ये उत्थे प्रेजेंटेशन जाऊगी ये पाम ऑयल की, तो इहदी भी ये प्रोडक्ट्स नूं बैन करो यार लिखो, क्योंकि मैं दसूंगी लोगों नूं ये द्वारा द्वारा ये प्रेस का मतलब ही है सारे नूं अवेयर करना भी चिट्टी चीनी बाहर कढ़ो, गुड़ शक्कर ते आ जाओ वह भी थोड़ी लो, रीहीटेड ऑयल द्वारा नहीं हीट करना, सरों का तेल घर का देसी घी द्वारा फार्मर्स नूं गावां ते आना पऊगा, देसी गावां वो रख के घर रखो अपनी प्लांटेशन फर्टिलाइजर, नहीं तो घरे सब्जियां ला लो। हुण मैं फार्मर्स फ्रैश तो लैनी हाँ, तुसीं जिहड़ी सब्जी खा रहे हो पेस्टिसाइड, मैं जी सब्जियां ते फ्रूट खा रहा पर मैं अज भी बीमारी नाल क्यों त्रासदा? तुसीं उदन कैंप ते लोकां दी शुगर 400 निकली, जिहड़े बंदे नूं पता ही नहीं मैनूं शुगर है, तुहाडे सामने टेस्ट होए मेरे कैंप च। पैसे कठे करने वाला सिर्फ पैसे वाला कमान वाला प्रोसेस जो तक नहीं छड़ दे, दिवाली का टाइम ही नहीं रेड करने का, 11 महीने सुते पे हो, तुम फेस्टिवल के टाइम क्यों रेड कर रहे हो? तो फेस्टिवल तो छड के आम टाइम ते रेड करो ना, आम टाइम ते लोगों नूं दसो ते उस रेट नाल करन। मैं ते कहंदी आ सुच्चा दुध दो, जिन्ना मर्जी रेट लाओ, बंदे दी मर्जी उस च पानी पावे जो मर्जी पावे। आलू है तुसी आलू तो बच लोगे, आलू ते पोटैश है। हुण थोनू अमेरिका ते जिहड़े साइंटिस्ट, मैं जदों सीपीएससी अमेरिका तो बुलाए सी साइंटिस्ट कि साडे फ्रूट ते वेजिटेबल्स नूं चेक करो, भी मैं हेल्थ दी हां, वापस चले गए बिना रिपोर्ट दिते। मतलब क्यों चले गए? सेब दे उत्ते वैक्स लग रही है, थोड़िया हरिया सब्जियां उत्ते हरा छिड़काव हो रहा है, लीची आंदी है ते पंजाब दे मुख्यमंत्री कह रहे ने अंग्रेज आ रहे ने प्रोजेक्ट ला रहे ने नवे नवे प्रोजेक्ट आ रहे, तुसी कहंदे कंपनियां वापस चले गए। मैं कह रही हूं मेरे टाइम जदों मैं सीपीएस हेल्थ सी, मैं अच्छी गल करूंगी जे मैं देखूंगी कि कोई चंगा काम कर रहा है मैं उन्हें चंगा कहूंगी, पर मैनू देखिए तो सही। जदों मैनू लग्या कि मेरे ये कैंसर मरीज जेडे मैं डायग्नोज किते हैं जे उन्हां दे सरकारी टेस्ट हो गए, सरकारी सर्जरियां हो गई, सरकारी कीमो लग गई, सरकारी रेडियोथेरेपी लग गई, मैं कहूंगी सरकार ने चंगा काम किया। तो जे तुसीं उन्हां नूं सड़क ते धक्के खाण नूं छड़ता तो मैं थोनू फड़ूंगी भी क्यों क्यों बोल रहे हो? किहड़ा हेल्थ सिस्टम? अज 30,000 का टेस्ट का पेट स्कैन का बंदा उत्थे 2,000 रुपए इकट्ठा करके आया। मेरे तो पहला मैं फर्स्ट मैंबर सी पर मैं 5वें 6वें नंबर से पेट स्कैन कराया, मेरे तो पहला 5 नानियां मैनू रो रही सी टेस्ट हाथ फड़ के कराने पे पेट स्कैन, बेचारियां 2,000 लेके आई सी। पेट स्कैन सरकारी कित्थे है? कित्थे है? तो जे बंदा 30,000 ते मरिया पिया है उन्हां चों मैनू पता सी भी सारियां नूं कैंसर है, क्योंकि पेट स्कैन हुंदा ही उदों है, उन्हां दी मैमोग्राफी ते आया सी कैंसर है। हुण अज उहदे कोल उत्थे तां पैसे खत्म हो गए। अच्छा हुण बेस्ट पार्ट देखो, वी मेरी 2004 तों सी पॉलिटिक्स चां,
अज तक मेरी एक भी साड़ी दोनों की ना कोई हेल्थ की ना कोई ट्रैवल की ना कोई पेट्रोल की फाइल सरकार को गई है। असि अपने पैसों नाल अपना इलाज कराया अपने पैसों नाल घूमे फिरे असी सरकार तो अज तक दवाई नहीं लिती अपनी पेंशन तो सवाए एक फाइल वो भी मेरी मजबूरी क्योंकि अजकल मैं प्राइवेट प्रैक्टिस नहीं कर रही मैं अपनी पेंशन से हाँ तो मैं 1,00,000 रुपए की सर्जरी आ गई जो तो मेरे हसबेंड जेल ची अज तक वो फाइल क्लियर होकर नहीं आई। आम बंदा कितने खड़ा है उस तो बाद मेरिया 6 कीमोआ हो गई आम बंदा ये पैसे कितों लियाऊगा कितने हो रही है कीमो कितने हो रही है रेडियो। सो मेरा ये लड़ाई इसे ते है लोगों नू बचाना जेडे लोग मैं फड़ ले बचा तो लिया अच्छा फिर मैं मुफ्त टेस्ट भी करते चलो मैं मुफ्त टेस्ट कर रही हूं सरकारी टेस्ट कितने हैं फिर सरकार इलाज तो कर दे मेरी लड़ाई तो इतने खड़ी है हूं साढ़ा एक एक पेशेंट का फॉलोअप चल रहा है। पटियाले जिले के बाद 117 हल्कियां दे ये पटियाले जिले के बंदे कित्थे जान मैं पटियाले पूरे जिले नू दसना चाहनी हाँ भी अज थानू ये सस्पिशन लगे कित्थे तुसी सैटरडे नू डिकलेयर करवाना ही है मैं एक दिन डिकलेयर कर दो जिद्दन तुसी एक जगह ते सारियां दे टेस्ट करोगे कैंसर की स्क्रीनिंग करोगे पहला तो स्क्रीनिंग मैंडेटरी करो वो सिर्फ रिपोर्ट जिहड़ी साडी मीटिंग है वो थोड़े सामने ही होगी उदो होगी जो साडे वो रिजल्ट कंपाइल हो गए उस तो बाद सेकंड वाली शुरू हो जाऊ 18 कैंप है साडे 18 कैंपां तक साडा हुण 17 नवंबर नू लग रहा है देवीगढ़ उन्हें गौरव संधू दे उस कर रहे हैं सारे कर रहे हैं असं इस नहीं करते असं मोबिलाइज कर रहे हैं मेरा बेटा भी आ रहा है मोबिलाइज करें सानू ये भी जेड़ा मशीन च चढ़े 15,000 दा टेस्ट है वही चढ़े जिदे कोई ना कोई सानू सिम्टम नजर आवे आम बंदियां नू चढ़ा के मैनू कोई फायदा नहीं मैं एवं आम बंदियां नू चढ़ा दा भी तुसी टेस्ट करा लो जे मैनू लगे भी कोई बोन कैंसर ब्लड कैंसर ओरल कैंसर प्रोस्ट्रेट कैंसर ब्रेस्ट कैंसर कोलोन कैंसर सारा डायग्नोस कर रहे हैं एंड सारे दे टेस्ट आए हैं फोन करके पूछ लो मरीजों नू थोड़े टेस्ट आए हैं कि नहीं इस से कोई छुपाव तो कर ही नहीं रहे अस तो थोनू ओपन चैलेंज दे रहे हैं भी देखो भी एंड जिन्हें मेरे को फोन आए हैं एक एक नू मैं फॉलोअप किया कि नहीं किया सारे नू मैं सरकारी अगे हॉस्पिटल रेफर किया जो उतो ना करेंगे मैं वो भी दसदा भी मैंने दस दौ मैं तो सीधा फोन करके कह दिनी हूं तो डर सर्जरी रख लेंगे बिलकुल देखो डॉक्टर तो देंगे ही मेरा क्योंकि अदरवाइज एक नेचर होंगी है कि मरीज भजा दो सीधी जी गल है कोई बंदा ना आउट ऑफ द वे जाके सरकारी नहीं करना चाहिए क्योंकि जारे जदों तक आ प्राइवेट प्रैक्टिस वाला हिसाब किताब नहीं जाता जिहड़ा मैं कहा सी इन्हां दीआं सैलरीआं इन्नीआं वधा दो कि प्राइवेट प्रैक्टिस दे बराबर कर दो हजे तक क्लिनिकल एस्टैबलिशमेंट एक्ट लागू नहीं किया क्यों नहीं किया विधानसभा च कदों दी मैं बोली हुई हाँ मैं नहीं फड़ने चंगे डॉक्टर जिहड़ा चंगा काम करे मैनूं उन्हां नाल कोई मतलब नहीं उन्हां दे हस्पतालां जाके चैकिंग करन पर एंड जावे भी चेक करें डॉक्टर ये आम बंदे ना जान एमएलए जिन्होंने मेडिकल मेडिसिन की कोई समझ ही नहीं है देखो प्रॉब्लम इतने आती है जो हेल्थ मिनिस्टर डॉक्टर ना हो हुण हेल्थ मिनिस्टर डॉक्टर है उन्होंने समझ है भी एक डॉक्टर केड़े हिसाब नाल करता है आम बंदा तो जाके आ नहीं है तेरी बिल्डिंग टूटी है तो कहा हो गया हो कैंसल कर दो लाइसेंस आ नहीं जाती चंगा काम थोड़ी बंद करना है 50-60% क्वैक तो बंद करो थोड़ी बस जाके कहते थोड़े कन्ना की मैल कर देना कन्न का पर्दा फाड़ देना मेरी लड़ाई उन्होंने नाल है जेडे सड़कों से दंद कढ़ी जा रहे हैं थोनू 70% चलो मेरे नाल मैं दिखानी है कोल्ड ड्रिंक किवें बन रही है अमोनिया ते रंग भर के बन रही है बड़े खुश हो रहे लिमका फेंटा पी रहे हो मैं सारा काम ही मीडिया नाल करती हूं क्योंकि मेरा काम ट्रांसपेरेंट है मैं किसी को कोई लेना देना नहीं लोग मीडिया क्यों नहीं इनवॉल्व करते क्योंकि मीडिया आ जाऊगा तुसी क्वेश्चन करदे हो हैं बंदा बंदा सच्चा ओही है सुच्चा ओही है जेड़ा मीडिया दे नाल रल के खुल के काम करे क्योंकि मैं थोनू खुली चुनौती दिनी हां भी आओ आज इस कैंप च भी थोड़े थोनू हक है हर मरीज नू पॉइंट आउट करके पुछन दा भी तुसी डॉक्टर नवजोत सिद्धू नू फोन किया सीगा उहने थोड़ा सुनिया कि नहीं उहने थोनू गाइड किया कि नहीं उन्हों अगे संभालिया कि नहीं सो बिना थोड़े तो मैं कुछ भी नहीं कर सकती एंड थोड़े सहयोग नाल क्योंकि ये पंजाब की गल है ये थोड़े बच्चों की भी गल है थोड़ी सेहत की भी गल है लोगों की सेहत की गल है इत्थे कोई इंडिविजुअल किसी का फायदा नहीं है कट्ठे रल के
कॉजेज नू बचाना पेगा, फर्स्ट सेकंड स्टेज ते डायग्नोस करना पेगा, उना दा इलाज सरकारी करना पेगा, नहीं लोग इलाज करा सकते। सरकार नू समझना पेगा कैंसर दा इलाज बहुत महंगा है, मेरी जेब ते भी कट रहे है, मेरी जेब ते कट्टा मारे 80,000 पेंशन जी रही, मैं चोरी नहीं कर दी, साड़ी पंजाब च कोई फैक्ट्री कोई कारोबार कोई ठेका कुछ नहीं है, असि पेंशन ते चल रहे हां ते पेंशन च बंदे नू सेक लग रहे अपना इलाज कराने दा, मेरी रेडियोथेरेपी शुरू होनी है, मैं एक एक महीना पोस्टपोन कर रही हां, नहीं पैसे मेरे कोल हैगे, 5 लाख दा पैकेज हैगा, ते मैं कह रही हां जे डॉक्टर नवजोत सिद्धू होके आम बंदा किथे खड़ा है, तुसी सोचा कर दे कित्थों कराऊगा इलाज, कैंसर तो मैं लभ दूंगी फिर इलाज कित्थों कराऊगा, हुण फोन करके मैनू घर वाले कह रहे मेरी वोटी नू बना भी टेस्ट करा, पर मेरे को ले खोमी बाबा तो आ गया, वो सरकार दा नहीं है, वो टाटा वालियां दा, रतन टाटा वालों फोन आया है कि मैम तुसी बहुत अच्छा काम कर रहे हो, असी थोनू सपोर्ट कर दे हां, तुसी साडा जिहड़ा एक सैक्शन है वो थोड़े जिन्हां कोल पैसे नहीं है उन्हां नू असी ट्रीट करांगे, तुसी सारे केयर ऑफ डॉक्टर नवजोत सिद्धू करो, थोड़ा एक भी मरीज वापस नहीं आएगा, उत्थे बिल्कुल नॉमिनल रेट्स ते जिहड़ी बिल्कुल मेरा लड़ाई ये है कि जिन्नी रेट ते नॉमिनल रेट ते सरकार सब तो चंगी रेट ते दवाई चक सकती है, सरकार क्यों नहीं लेके दिंदी, सरकार बिजलियां क्यों नहीं, रेडियोथेरेपी क्यों नहीं ला रही, क्यों प्राइवेट जे 6 लाख का पैकेज है 70,000 च ओदी लग रही रेडियोथेरेपी, वो 70,000 भी नहीं इकट्ठा करन जोगा बेचारा, इहदा मतलब भी किसी आम मिडिल क्लास बंदे नू जीन का हक ही नहीं है, किता आपां अपनियां गलतियां करके होया, क्योंकि रोक तो सरकार ने लानी है, पर हुन जेरे पटियाले शहर सानू कुछ भी गलत लभ्या असि ओदे धरना लावांगे। मैम अजय सिद्धू साहब राजपाल नू मिलन गए ने, की मुद्दे लेके गए ने? मैनू एक्चुअली कोई खास पता ही नहीं, मैं अपने मुद्दे लेके तुरदी हां, मैं अपनी पर मेन लॉ एंड ऑर्डर है ते बिजली दे भी कॉन्ट्रैक्ट जेडे ओ नहीं कीते, चलो ओदे लई भी मैं अगली नेक्स्ट प्रेस कॉन्फ्रेंस बहुत अच्छा प्रोजेक्ट लेके आ रही हां, मैं सारे पंजाब नू असी सोलर करन जा रहे हां, वो मेरा नेक्स्ट होगा, वो मैं सारे पंजाब दी छतां खरीद करन लगी हां। अज सिद्धू साहब दे खिलाफ एक अमृतसर तो कांग्रेसी आगू ने चिट्ठी लिखी हाई कमांड नू कि सिद्धू साहब अपना प्रचार कर रहे ने पार्टी दा, पार्टी दा प्रचार तो पार्टी दा प्रधान करूगा ते एलओपी करूगा, आम वर्कर तो मैं भी काम कर रही हां, तो मैं पार्टी दा काम कर रही हां, इस च पार्टी दा नाम उत्ते जाऊगा, कांग्रेस दा की प्रचार करिए, जेड़े जेड़े बंदा हर बंदा अपने कंडक्ट दा जिम्मेवार है, मैं ओदा तो ले सकदी हां, मैं अपनी गारंटी ले सकदी हां, पर मैं किसी होर बंदे दी गारंटी नहीं ले सकदी भी होर मेरा बंदा होर मेरा लीडर केड़ा है, हर लीडर अपने बारे बोल सकता है, जे ईमानदार कहता मैं पूरी पार्टी नू ईमानदार नहीं कह सकती, याद है मेरी पूरी 117 बंदे मेरे पार्टी दे ईमानदार हों तो मैं कहूंगी मैं कांग्रेसी हूं, मैं कांग्रेस दा कर रही हूं, मैं ठेका असी ठेका नहीं लेता होया 117 बंदियां दा, जे नवजोत सिद्धू कोल इन्नी ताकत होवे भी अपने 117 बंदे लेके आवे तो तुसी उंगल चक दो उस बंदे ते भी इह बंदे ने चोरी कीती है, सिद्धू साहब ਤਾਂ ਤਾਂ ਕਾਂਗਰਸ ਦੀ ਗੱਲ ਕਰਨ, ਮੈਂ ਸੋਚਦਾ ਸੀ ਇਮਾਨਦਾਰ ਹੈ ਨਹੀਂ ਜਿਹੜੇ ਕਾਂਗਰਸ ਦੇ ਵਿੱਚ ਜਿਹੜੇ ਬੰਦੇ ਨੇ, ਕਿਸੇ ਵੀ ਪਾਰਟੀ 'ਚ ਨਹੀਂ ਹੈ, ਕਿਸੇ ਵੀ ਪਾਰਟੀ 'ਚ ਨਹੀਂ ਹੈ, ਪੰਜਾਬ ਦਾ ਭਲੇ ਹੀ ਉਦੋਂ ਹੋਣਾ ਹੈ ਜਦੋਂ 117 ਬੰਦੇ ਇਹ ਜੇ ਉੱਠ ਕੇ ਕਹਿਣਗੇ ਵੀ ਆ ਲੈ ਆ ਮੇਰੀ ਆਮਦਨੀ ਹੈ ਆ ਮੇਰਾ ਖਰਚਾ ਹੈ, ਕਿਉਂ ਨਹੀਂ ਦਿਖਾ ਸਕਦੇ ਲੋਕਾਂ ਨੂੰ, ਤੁਸੀਂ ਆਓ ਮੈਂ ਦਿਖਾਨੀ ਹਾਂ, ਕਿਉਂਕਿ ਇਸ 2022 ਦੀਆਂ ਚੋਣਾਂ ਇਸੇ ਬਦਲਾਵ ਨੂੰ ਗਈਆਂ ਸੀ ਕਿ ਹਰੇਕ ਇਮਾਨਦਾਰ ਬੰਦੇ ਨੂੰ ਵੋਟਾਂ ਪਾਈਆਂ ਜਾਣ, ਤਾਂ ਦੇਖ ਲੈ ਫਿਰ ਡਿਬੇਟ ਨੂੰ ਤੁਹਾਨੂੰ ਕੀ ਲੱਗਦਾ, ਭੱਜੇ ਸਾਡੇ ਤੋਂ ਭੱਜੇ ਹੋਏ ਲੋਕ ਗਏ, ਸਾਡੇ ਤੋਂ ਭੱਜੇ ਹੋਏ ਲੋਕ ਗਏ ਆਪਣੇ ਕਾਰੋਬਾਰ ਬਚਾਉਣ ਲਈ ਗਏ, ਉਹ ਤੁਹਾਨੂੰ ਰੰਗ ਲਾ ਕੇ ਦਿਖਾ ਰਹੇ ਹੈ, ਉਹ ਰੰਗ ਤੁਹਾਡੇ ਸਾਹਮਣੇ ਹੀ ਹੈ, ਹੁਣ ਮੈਂ ਇੱਕ ਇੱਕ ਬਾਰੇ ਕੀ ਗੱਲ ਕਰਾਂ, ਮੇਰੇ ਕੋਲ ਤਾਂ ਇੱਕ ਐਮਐਲਏ ਬਾਰੇ ਰੋਜ਼ 6-6 ਕੰਪਲੇਂਟਸ ਆ ਰਹੀਆਂ, ਪਰ ਮੈਂ ਕੀ ਲਵਾਂ, ਇਹ ਤਾਂ ਉਹੀ ਜਵਾਬ ਦੇ ਸਕਦੇ ਆ, ਸਿੱਧੂ ਸਾਹਿਬ ਨੂੰ ਬੁਲਾਉਂਦੇ ਮੈਨੂੰ ਬੁਲਾਉਂਦੇ, ਬੁਲਾ ਲਓ ਅੱਜ ਬੁਲਾ ਲਓ, ਮੈਂ ਤਾਂ ਇਹੀ ਬਿੱਲੂ ਬੈਠੂੰਗੀ, ਉਹ ਤਾਂ ਕਹਿੰਦੇ ਮੈਨੂੰ ਬੁਲਾਓ, ਉਹਨਾਂ ਨੂੰ ਬੁਲਾਉਂਦੇ ਨੀ, ਅਸੀਂ ਤਾਂ ਕਹਿ ਰਹੇ ਹਾਂ ਬੁਲਾ ਲਓ, ਜਾਂ ਤਾਂ ਤੂੰ ਸਾਨੂੰ ਇੰਨਾ ਵੱਡਾ ਲੀਡਰ ਨਹੀਂ ਸਮਝਦਾ, ਊ ਤੂੰ ਕਹਿੰਦਾ ਵੱਡਾ ਭਾਈ, ਊ ਸਰਕਾਰ ਚਲਾਉਣ ਲਈ ਤੈਨੂੰ ਨਵਜੋਤ ਸਿੱਧੂ ਦੀ ਲੋੜ ਪਈ, ਤੇ ਨਵਜੋਤ ਸਿੱਧੂ ਨੇ ਕਿਹਾ ਭਾਈ ਸਰਕਾਰੀ ਕਰਦੇ, ਪਿਛਲੀ ਪ੍ਰੈਸ ਕਾਨਫਰੰਸ ਤੁਸੀਂ ਸੁਣ ਲਿਆ, ਤੁਹਾਨੂੰ ਮੈਂ ਦੱਸਦਾ ਵੀ ਤੂੰ 50,000 ਕਰੋੜ ਰੁਪਇਆ ਕਮਾ ਸਕਦਾ, ਜੇ ਤੂੰ ਨਹੀਂ ਕਮਾਉਣਾ ਚਾਹੁੰਦਾ ਤਾਂ ਤੂੰ ਨਹੀਂ ਕਮਾਇਆ, ਤੂੰ ਉਹਦੀ ਜਗ੍ਹਾ ਲੋਨ ਲੈ ਲਿਆ, ਅਸੀਂ ਤੈਨੂੰ ਤਰੀਕਾ ਦੱਸ ਸਕਦੇ ਹਾਂ, ਅਸੀਂ ਰੇਤੇ ਦਾ ਤਰੀਕਾ ਦੱਸ ਸਕਦੇ ਹਾਂ ਵੀ ਰੇਤਾ ਮਾਈਨਿੰਗ 'ਚ ਤੂੰ ਇੰਨਾ ਪੈਸਾ ਲੈ ਸਕਦਾ, ਹਰ ਗਰੀਬ ਇੱਕ ਰੇਤੇ ਦੀ ਟਰਾਲੀ ਖਰੀਦਣ ਜੋਗਾ ਹੋਵੇ ਆਪਣਾ ਘਰ ਪਾਵੇ, ਪੰਜਾਬ ਦਾ ਕਾਰੋਬਾਰ ਤਾਂ ਚੱਲੂਗਾ, ਰੇਤੇ ਦਾ ਪੈਸਾ ਕਿੱਥੇ ਗਿਆ, ਇਹ ਲਿੱਕਰ ਦਾ ਪੈਸਾ ਕਿੱਥੇ ਗਿਆ, ਤੁਸੀਂ ਦੱਸ ਦੋ, ਇਹ 50,000 ਕਰੋੜ ਕਿੱਥੇ ਗਿਆ, ਕਿਹਦੇ ਕੋਲ ਗਿਆ, ਇਹ ਤਾਂ ਮਾਨਸਾ ਵੀ ਦੱਸ ਸਕਦੇ ਆ ਨਾ, ਤਾਂ ਸਿੱਧੂ ਸਾਹਿਬ ਨੂੰ ਦੱਸ ਦੇਣ, L1 ਲਾਇਸੈਂਸ ਦੱਸ ਦੇਣ ਕਿਹਨੂੰ ਮਿਲੇ ਹੈ,
ਕਿਹਨੂੰ ਮਿਲੇ ਲਾਇਸੈਂਸ? ਅਸੀਂ ਤਾਂ ਕੁਛ ਨੀ ਕਹਿ ਰਹੇ, ਅਸੀਂ ਕਹਿ ਰਹੇ ਇੱਥੇ ਕਰੋ, ਸਾਹਮਣੇ ਕਰੋ ਵੀ ਕਿਹਨੂੰ ਲਾਇਸੈਂਸ ਦਿੱਤੇ ਆ। ਸਾਨੂੰ ਪਤਾ ਚੱਲੇ ਵੀ ਦਾਰੂ ਦੀ ਇੰਨੀ ਕਮਾਈ ਹੈ ਕਿੱਥੇ ਗਈ। ਤੁਸੀਂ ਬੋਤਲ ਮੰਗਾ ਲਓ, ਬੋਤਲ ਤੇ MRP ਨੀ ਲਿਖੀ ਹੋਈ, ਆਨਲਾਈਨ ਮਿਲ ਰਹੀ ਅੱਜ ਕੱਲ ਵਾਈਨ ਆਨਲਾਈਨ ਆ ਗਈ। ਉੱਥੇ ਤਾਂ ਲਿਖਿਆ ਹੋਇਆ ਜਿਹੜੀ ਮੁੰਬਈ ਪੋਰਟ ਤੋਂ ਆਈ ਹੈ, ਟੈਕਸਿਸ ਨੋਟ ਟੂ ਬੀ ਪੇਡ ਟੂ ਦ ਮਹਾਰਾਸ਼ਟਰਾ ਗਵਰਨਮੈਂਟ। ਇੱਥੇ ਆ ਗਈ, MRP ਹੈ ਨੀ, ਇਹਦਾ ਮਤਲਬ ਪੰਜਾਬ ਸਰਕਾਰ ਨੂੰ ਟੈਕਸ ਨੀ ਜਮਾ ਹੋਇਆ। ਇਹ ਦਾਰੂ ਕਿਹਦੇ ਕੋਲ ਹੈ, ਕੌਣ ਵੇਚ ਰਿਹਾ ਹੈ? ਇਹ ਸਰਕਾਰ ਨੂੰ ਤਾਂ ਪਤਾ ਹੈ ਨਾ, ਨਹੀਂ ਤਾਂ ਪਤਾ ਕਰੇ ਜੇ ਨਹੀਂ ਪਤਾ ਵੀ ਉਸ ਇਹ ਦਾਰੂ ਕੌਣ ਵੇਚ ਰਿਹਾ ਸਾਰੇ ਪੰਜਾਬ ਚ? ਇਹ ਪੈਸਾ ਇਹਦੀ ਐਕਸਾਈਜ਼ ਕਿਉਂ ਕਿਉਂ ਕਿਤੇ ਹੋਰ ਜਾ ਰਹੀ ਹੈ, ਪੰਜਾਬ ਦੇ ਖਾਤੇ ਚ ਕਿਉਂ ਨੀ ਜਾ ਰਹੀ? ਹੁਣ ਏਡਾ ਵੱਡਾ ਪੁਆਇੰਟ ਸੀਗਾ ਵੀ ਕਿੰਨੇ ਐਪਲੀਕੇਸ਼ਨ ਆਈਆਂ, 280 ਪਤਾ ਨੀ ਕਿੰਨੇ ਠੇਕਿਆਂ ਲਈ ਕਿੰਨੀਆਂ ਐਪਲੀਕੇਸ਼ਨ ਆਈਆਂ, 2-2 ਲੱਖ ਜਮਾ ਹੋਇਆ ਹਰ ਐਪਲੀਕੇਸ਼ਨ ਤੇ ਨਾਨ ਰਿਫੰਡੇਬਲ। ਉਹ ਪੈਸਾ ਕਿੱਥੇ ਹੈ, ਕਿਹਦੀ ਜੇਬ ਚ ਗਿਆ? ਸਾਨੂੰ ਤਾਂ ਪੰਜਾਬ ਦੇ ਪੈਸੇ ਦੱਸ ਦੋ ਨਾ ਕਿਹਦੀ ਜੇਬਾਂ ਚ ਗਏ, ਤੁਸੀਂ ਆਪ ਕਲੀਅਰ ਕਰੋ। ਇਹ ਤਾਂ ਸਰਕਾਰ ਹੁਣ ਮੇਰੀ ਤਾਂ ਕਲੈਰਿਟੀ ਉੱਥੇ ਖੜੀ ਹੈ, ਚੰਗੀ ਸਰਕਾਰ ਹੈ ਜੇ ਮੇਰੇ ਸਾਰੇ ਮਰੀਜ਼ਾਂ ਦਾ ਮੈਂ ਡਾਇਗਨੋਸ ਵੀ ਉਹ ਕਰੇ। ਮੈਂ ਹਜੇ ਕਰਕੇ ਦੇ ਰਹੀ ਹਾਂ, ਮੈਂ 18 ਕੈਂਪ ਲਾਊਂ, 18 ਤੋਂ ਹੋਰ 18 ਵੀ ਲਾਊਂ ਮੈਂ ਲੋਕਾਂ ਨੂੰ, ਕਿਉਂਕਿ ਮੈਂ 117 ਹਲਕਿਆਂ ਚਲਾ ਰਹੀ ਹਾਂ। ਪਰ ਸਰਕਾਰ ਬੰਦਾ ਵਾਕ ਇਨ ਕਰਕੇ ਆਪਣਾ ਟੈਸਟ ਕਰਾ ਸਕੇ, ਲੋਕਾਂ ਨੂੰ ਅਸੀਂ ਅਵੇਅਰ ਕਰ ਦਾਂਗੇ, ਪਰ ਸਾਨੂੰ ਜਗ੍ਹਾ ਦੱਸੋ। ਮੈਂ ਲੋਕਾਂ ਨੂੰ ਦੱਸੂ ਵੀ ਭਾਈ ਆਹ ਜਗ੍ਹਾ ਤੇ ਜਾਣਾ ਹੈ, ਉੱਥੇ ਤੁਹਾਡੇ ਫ੍ਰੀ ਟੈਸਟ ਹੋਣਗੇ, ਫਿਰ ਉਹਨਾਂ ਦਾ ਫ੍ਰੀ ਸਰਜਰੀ ਹੋਵੇ, ਫਿਰ ਉਹਨਾਂ ਦਾ ਤਿੰਨੀ ਚੀਜ਼ਾਂ ਨੇ ਨਾ, ਤੇ ਕੀਮੋ ਹੈ, ਇੱਕ ਰੇਡੀਓ ਹੈ, ਪਹਿਲਾਂ ਸਰਜਰੀ ਹੈ, ਕੀਮੋ ਹੈ, ਰੇਡੀਓ ਹੈ ਜਾਂ ਹੋਮੋਥੈਰੇਪੀ ਹੈ। ਉਹ ਜਿਹੜੀ ਦਵਾਈ ਹੈ ਪਹਿਲਾਂ ਅਮਰੀਕਾ ਮਿਲਦੀ ਸੀ, ਇੱਥੇ ਆਉਣ ਲੱਗ ਗਈ, ਉਹਨੂੰ ਚੀਪੈਸਟ ਰੇਟ ਤੇ ਦੇ ਦਿਓ ਕੰਪਨੀ ਵਾਲੇ ਨਾਲ ਗੱਲ ਕਰਕੇ ਵੀ ਬਲਕ ਚ ਸਰਕਾਰ ਖਰੀਦ ਰਹੀ ਹੈ। ਇੰਨਾ ਤਾਂ ਸਰਕਾਰ ਦਾ ਫਰਜ਼ ਬਣਦਾ ਹੈ ਤੇ ਗਲਤ ਜਿਹੜੇ ਗਲਤ ਕੁਐਕਸ ਹੈ ਉਹਨਾਂ ਨੂੰ ਕੱਢ ਦੇ, ਕਿਉਂਕਿ ਉਹ ਜਿਹੜੇ ਗਲਤ ਕੁਐਕਸ ਹੈ ਉਹੀ ਫਰਸਟ ਸੈਕਿੰਡ ਸਟੇਜ ਤੋਂ ਤੀਜੀ ਚੌਥੀ ਸਟੇਜ ਤੇ ਲੈ ਕੇ ਜਾ ਰਹੇ ਹੈ। ਮੈਂ ਤੁਹਾਨੂੰ ਫੇਰ ਕਹਿ ਰਹੀ ਹਾਂ, ਮੈਨੂੰ ਵੀ ਇੱਕ ਪਹਿਲੀ ਸਟੇਜ ਤੇ ਮੈਂ ਗਟੋਲੀ ਲੱਭੀ ਆਪਣੀ, ਆਪਣੇ ਕੇਸ ਦੀ ਦੱਸ ਰਹੀ ਹਾਂ। ਮੈਨੂੰ ਵੀ ਇੱਕ ਡਾਕਟਰ ਨੇ ਕਿਹਾ ਗਿਆ, ਇੱਕ ਹੋਮੋਪੈਥਿਕ ਡਾਕਟਰ ਨੇ ਕਿਹਾ 3 ਮਹੀਨੇ ਦੀ ਦਵਾਈ ਖਾ ਲੈ ਤੇਰੀ ਗਟੋਲੀ ਗਾਇਬ ਹੋ ਜੀ। ਮੈਂ ਵੀ ਖਾਧੀ। ਸੋਚੋ ਜਿਹੜਾ ਬੰਦਾ ਲੜਾਈ ਲੜ ਰਿਹਾ, ਸਿਆਣਾ ਡਾਕਟਰ ਹੈ, ਚੰਗਾ ਭਲਾ ਸਾਰੀ ਉਮਰ ਲੋਕਾਂ ਨੂੰ ਕਹਿੰਦਾ ਰਿਹਾ, ਪਹਿਲੇ ਸਾਈਨ ਤੇ ਡਾਕਟਰ ਕੋਲ ਜਾ ਕੇ ਸਰਜਰੀ ਕਰਾਣੀ ਹੈ, ਉਹਨੂੰ ਵੀ ਚੰਗਾ ਲੱਗਿਆ ਸੁਣਨ ਨੂੰ ਵੀ ਤੈਨੂੰ ਕੈਂਸਰ ਨਹੀਂ ਹੈ, ਤੈਨੂੰ ਕੁਛ ਹੋਰ ਹੋ ਸਕਦਾ, ਤੂੰ ਇਹ ਦਵਾਈ ਖਾ ਕੇ ਤੇਰੀ ਗਟੋਲੀ ਗੁੰਮ ਜੂਗੀ। ਤਾਂ ਮੈਂ ਵੀ ਉਹਨੂੰ ਸੈਕਿੰਡ ਸਟੇਜ ਤੇ, ਕਿੱਥੇ ਛੋਟੀ ਜਿਹੀ ਸਰਜਰੀ ਹੋਣੀ ਸੀ, ਕਿੱਥੇ ਪੂਰੀ ਸਰਜਰੀ ਹੋਈ, ਪੂਰੀ ਐਕਸਟੈਂਸਿਵ ਸਰਜਰੀ, ਇੰਨੀ ਗੰਦੀ, ਉਸ ਤੋਂ ਬਾਅਦ ਆ ਕੀਮੋਸ ਹੋਈਆਂ 6, ਹੁਣ ਬਿਜਲੀਆਂ ਲੱਗਣਗੀਆਂ। ਮੈਨੂੰ ਫੋਨ ਆ ਰਹੇ ਹੈ, ਮੈਨੂੰ ਹੁਣ ਅਵੇਅਰਨੈਸ, ਮੈਂ ਇਸ ਗੱਲ ਤੇ ਖੁਸ਼ ਹਾਂ ਵੀ ਅੱਜ ਮੈਨੂੰ ਫੋਨ ਆ ਰਹੇ ਹੈ, ਸਾਡੀਆਂ ਟੀਮਾਂ ਨੂੰ ਫੋਨ ਆ ਰਹੀ ਹੈ ਵੀ ਡਰਨਾ ਨਹੀਂ, ਜਾਓ। ਹੁਣ ਮੈਂ ਸਮਝਾ ਰਹੀ ਹਾਂ ਉਹਨਾਂ ਨੂੰ, ਹਸਬੈਂਡ ਆਪਣੀਆਂ ਵਾਈਫ ਨਾਲ ਗੱਲ ਕਰਾ ਰਹੀ ਹੈ, ਆ ਲੈ ਮੈਡਮ ਸਿੱਧੂ ਗੱਲ ਕਰ ਰਹੀ ਹੈ ਤੇਰੇ ਨਾਲ, ਮੈਂ ਖੁਸ਼ ਹਾਂ ਇਸ ਗੱਲ ਤੇ ਕਿ ਮੈਂ ਉਹਨਾਂ ਨੂੰ ਕਹਿ ਰਹੀ ਹਾਂ ਜਾ ਭੱਜ ਜਾ, ਮਰਨੇ ਗਲਨੇ ਕੀੜੇ ਪੈਣਗੇ, ਬਾਂਹ ਕੱਟਣੀ ਪਊ। ਮੈਂ ਕਿਹਾ ਛੋਟੀ ਹੈ ਭੱਜ ਲੈ, ਜੋ ਮਰਜ਼ੀ ਹੈ। ਕੋਲਨ ਕੈਂਸਰ ਵਾਲੇ ਫੋਨ ਕਰ ਰਹੇ ਹਨ ਜੀ, ਆਂਤੜੀਆਂ ਦੇ ਬਲੌਕ ਲੱਗ ਗਿਆ, ਉੱਥੇ ਆਹ ਨਿਕਲਿਆ, ਰਿਪੋਰਟਾਂ ਭੇਜ ਰਹੇ ਹਾਂ, ਮੇਰੇ ਫੋਨ ਚ ਹੈ। ਫਿਰ ਉਹਨਾਂ ਨੂੰ ਕਹਿ ਰਹੀ ਇਮੀਡੀਏਟਲੀ ਜਾ ਕੇ ਕਟਵਾ, ਕੁਛ ਨੀ ਇੰਨੀ ਲੰਬੀ ਆਂਤੜੀ ਹੈ, ਇੰਨੀ ਕਟਵਾ ਲੈ, ਉਸ ਤੋਂ ਬਾਅਦ ਉਹ ਜੋੜ ਦੇਣਗੇ, ਬਿਲਕੁਲ ਠੀਕ ਹੋ ਜਾਏਗੀ, ਨਹੀਂ ਤਾਂ ਮਰੇਗੀ ਗਲੇਗੀ। ਸੋ ਇਹ ਤੁਹਾਡੇ ਬਿਨਾਂ ਨਹੀਂ ਹੋ ਸਕਦਾ। ਸੋ ਬਹੁਤ ਬਹੁਤ ਧੰਨਵਾਦ ਸਾਡੀ ਪ੍ਰੈਸ ਦਾ, ਕਿਉਂਕਿ ਤੁਹਾਡੇ ਨਾਲ ਹੀ ਇਹ ਮੁਹਿੰਮ ਚੱਲੂਗੀ।